ਦੋਸਤੋ ਇੱਥੇ ਹੁਣ ਬਾਹਰ ਆ ਗਿਆ ਅਤੇ ਬਾਹਰ ਆਇਆ ਹੁਣ ਹੈ ਸਮੁੰਦਰ 'ਤੇ ਹੈ ਤਾਂ ਇੱਥੇ ਕੋਈ ਵੀ ਨਹੀਂ ਕਿਉਂਕਿ ਸਰਦੀ 'ਚ ਸਮੁੰਦਰ 'ਤੇ ਕੋਈ ਨਹੀਂ ਆਉਂਦਾ। ਅਸਲਾਮ ਵਾਲੇਕਮ ਦੋਸਤੋ, ਦੋਸਤੋ ਅੱਜ ਦੀ ਵੀਡੀਓ ਸ਼ੁਰੂ ਕਰਨੇ ਆ ਅੱਲਾ ਦੇ ਕਰਮ ਫਸਲ ਦੇ ਨਾਲ। ਅਤੇ ਦੋਸਤੋ ਕਈ ਦਿਨਾਂ ਤੋਂ ਮੈਂ ਵੀਡੀਓ ਨਹੀਂ ਬਣਾ ਸਕਿਆ, ਕੋਈ ਟਾਈਮ ਨਹੀਂ ਲੱਗਾ, ਇੱਕ ਥੋੜ੍ਹੇ ਮਾਲਟੇ ਤੋੜਨੇ ਪਏ ਹਾਂ ਅਤੇ ਕੰਮ ਵਿੱਚ ਬਿਜ਼ੀ ਹਾਂ। ਕੁਛ ਦੋਸਤੋ ਅੱਜ ਕੱਲ੍ਹ ਜਿਹੜਾ ਇੱਥੋਂ ਦਾ ਮੌਸਮ ਹੈ ਨਾ, ਬਰਸਾਤੀ ਮੌਸਮ ਹੈ, ਜਿਵੇਂ ਆਪਣੇ ਪਾਕਿਸਤਾਨੀ ਬਾਰਿਸ਼ਾਂ ਦਾ ਮੌਸਮ ਆ ਜਾਂਦਾ ਅਤੇ ਬਾਰਿਸ਼ਾਂ ਬਹੁਤ ਜ਼ਿਆਦਾ ਹੁੰਦੀਆਂ ਨੇ, ਅਤੇ ਇੱਥੇ ਜਿਹੜਾ ਨਾ ਅੱਜ ਕੱਲ੍ਹ ਬਾਰਿਸ਼ਾਂ ਦਾ ਮੌਸਮ ਆਉਂਦਾ। ਹੁਣ ਤਕਰੀਬਨ ਸਾਰਾ ਜਨਵਰੀ ਫਰਵਰੀ ਤੱਕ ਬਾਰਿਸ਼ਾਂ ਰਹਿਣੀਆਂ ਨੇ, ਅਤੇ ਹੁਣ ਵੀ ਅੱਜ ਵੀ ਬਾਰਿਸ਼ ਦਾ ਮੌਸਮ ਉੱਤੋਂ ਹੋਇਆ, ਸਾਰੀ ਰਾਤ ਵੀ ਬਾਰਿਸ਼ ਹੁੰਦੀ ਰਹੀ ਹੈ, ਪਹਿਲਾਂ ਵੀ ਤਕਰੀਬਨ ਰੋਜ਼ ਹੀ ਬਾਰਿਸ਼ ਹੁੰਦੀ ਰਹੀ ਹੈ, ਅਤੇ ਅੱਜ ਛੁੱਟੀ ਸੀ, ਕੰਮ ਕੋਈ ਨਹੀਂ ਸੀ, ਕਿਉਂਕਿ ਅੱਜ ਇਟਾਲੀਅਨ ਦਾ ਕੋਈ ਇੱਥੋਂ ਦਾ ਇਹਨਾਂ ਦਾ ਕੋਈ ਦਿਨ ਤਿਉਹਾਰ ਸੀ ਕੋਈ, ਉਹਦੀ ਵਜ੍ਹਾ ਨਾਲ ਸਰਕਾਰੀ ਛੁੱਟੀ ਆ ਅਤੇ ਮੈਨੂੰ ਵੀ ਛੁੱਟੀ ਸੀ। ਅਤੇ ਵੈਸੇ ਤਾਂ ਮੈਂ ਇਤਵਾਰ ਨੂੰ ਛੁੱਟੀ ਹੁੰਦੀ ਅਤੇ ਇਤਵਾਰ ਨੂੰ ਵੀਡੀਓ ਬਣਾਉਣਾ, ਅਤੇ ਇਤਵਾਰ ਨੂੰ ਫਿਰ ਮੌਸਮ ਖਰਾਬ ਸੀ, ਬਾਰਿਸ਼ ਸੀ, ਨਹੀਂ ਕੋਈ ਵੀਡੀਓ ਬਣਾ ਸਕਿਆ। ਅਤੇ ਮੈਂ ਹਾਂ ਦੋਸਤਾਂ ਨਾਲ ਕੋਈ ਕਈ ਦਿਨ ਹੋ ਗਿਆ ਕੋਈ ਵੀਡੀਓ ਨਹੀਂ ਬਣਾਈ, ਇੱਕ ਦੋਸਤ ਦੂਸਰੀ ਗੱਲ ਆ ਯਾਰ ਕਿ ਮੈਂ ਕੋਈ ਬੇਫਜ਼ੂਲ ਵੀਡੀਓ ਨਹੀਂ ਬਣਾਉਂਦਾ, ਕਿਵੇਂ ਬਣਾ ਬਣਾ ਕੇ ਵੀਡੀਓ ਚਾੜ ਦਰਵਾਂ। ਵੀਡੀਓ ਬਣਾਉਣਾ ਯਾਰ ਜਿਹਦੇ ਨਾਲ ਕਿਸੇ ਨੂੰ ਕੋਈ ਮਾਲੂਮਾਤ ਮਿਲ ਜੇ, ਜਾਂ ਕਿ ਕੋਈ ਸ਼ੈ ਕਿਸੇ ਨੂੰ ਬਹਾਈ ਦਾ ਕਿ ਯਾਰ ਇਹ ਸ਼ੈਵਾਂ ਨੇ, ਕਿਉਂਕਿ ਮੇਰਾ ਮਕਸਦ ਹੀ ਆਹੀ ਹੈ। ਅਤੇ ਬੇਫਜ਼ੂਲ ਮੈਂ ਵੀਡੀਓ ਇਸ ਵਾਸਤੇ ਨਹੀਂ ਬਣਾਉਂਦਾ, ਜਿੱਦਾਂ ਕਿਤੇ ਮੇਰਾ ਕੋਈ ਟਾਈਮ ਲੱਗੇ ਅਤੇ ਫਿਰ ਮੈਂ ਕੋਈ ਸਹੀ ਵੀਡੀਓ ਬਣਾਉਣਾ, ਕਿਵੇਂ ਬੇਫਜ਼ੂਲ ਹੀ ਬਣਾ ਬਣਾ ਕੇ ਵੀਡੀਓ, ਨਹੀਂ ਕੋਈ ਉਹੋ ਜਿਹੀ ਚਾੜੀ। ਅਤੇ ਅੱਜ ਥੋੜ੍ਹਾ ਟਾਈਮ ਲੱਗਾ ਸੀ, ਬਾਹਰ ਆਏ ਹਾਂ, ਮੈਂ ਕਿਹਾ ਚਲੋ ਨਾਲੇ ਤਾਂ ਮਾਲਟੇ ਸ਼ਾਲਟੇ ਖਾ ਕੇ ਆਈਏ, ਨਾਲੇ ਹੋਰ ਤੁਹਾਨੂੰ ਇੱਥੇ ਇੱਕ ਦੋ ਸ਼ੈ ਬਹਾਨੇ ਆ ਕਿਸ ਵਾਸਤੇ ਮੈਂ ਆਇਆ ਇੱਥੇ। ਅਤੇ ਮੈਂ ਚਲੋ ਕੈਮਰਾ ਵੀ ਨਾਲ ਲੱਜਣਾ, ਥੋੜ੍ਹੀ ਕੋਈ ਵੀਡੀਓ ਬਣਾ ਕੇ ਦੋਸਤਾਂ ਨਾਲ ਕੋਈ ਦੋ ਚੋਂ ਮਿੰਟਾਂ ਦੀ, ਜਿੰਨੇ ਵੀ ਕੋਈ ਮਿੰਟਾਂ ਦੀ ਬਣਦੀ ਆ, ਅਤੇ ਦੋਸਤਾਂ ਨਾਲ ਕੋਈ ਗੱਲਬਾਤ ਕੋਈ ਸ਼ੇਅਰ ਕਰੀਏ। ਕਈ ਦੋਸਤ ਕਮੈਂਟ ਕਰਦੇ ਰਹਿੰਦੇ ਨੇ ਇੰਸਟਾਗ੍ਰਾਮ 'ਤੇ ਵੀ, ਮੈਨੂੰ ਕਿੰਨੇ ਕਮੈਂਟ ਆਏ ਨੇ, ਟਿਕਟੋਕ 'ਤੇ ਵੀ ਕਈ ਦੋਸਤ ਕਰਦੇ ਨੇ ਮੈਸੇਜ, ਆਸਫ ਭਾਈ ਯੂਟਿਊਬ 'ਤੇ ਵੀਡੀਓ ਚਾੜੋ ਵੀਡੀਓ ਚਾੜੋ। ਅਤੇ ਯਾਰ ਜਿਸ ਟਾਈਮ ਮੇਰਾ ਕੋਈ ਟਾਈਮ ਲੱਗੇ ਨਾ, ਤਾਂ ਫਿਰ ਹੀ ਮੈਂ ਵੀਡੀਓ ਬਣਾਉਣੀ ਹੁੰਦੀ ਆ। ਅਤੇ ਦੂਸਰੀ ਗੱਲ ਆ ਕਿ ਅੱਜ ਕੱਲ੍ਹ ਮੌਸਮ ਥੋੜ੍ਹਾ ਇੰਜ ਦਾ ਹੀ ਆ, ਇਸ ਵਾਸਤੇ ਕੋਈ ਟਾਈਮ ਨਹੀਂ ਲੱਗਾ। ਇਸ ਟਾਈਮ ਵੀ ਤੁਸੀਂ ਦੇਖ ਸਕਦੇ ਉੱਤੇ ਬਾਰਿਸ਼ ਬੱਦਲ ਬਹੁਤ ਹੋਏ ਦੇ ਨੇ, ਅਤੇ ਬਾਹਰ ਆਇਆ ਹਾਂ ਮੈਂ, ਤਾਂ ਮੈਂ ਚਲੋ ਥੋੜ੍ਹੀ ਕੋਈ ਵੀਡੀਓ ਦੋਸਤਾਂ ਨਾਲ ਜਿਹੜਾ ਨਾ ਬਣਾ ਕੇ ਅਤੇ ਸ਼ੇਅਰ ਕਰੀਏ। ਅਤੇ ਕੈਮਰਾ ਲਿਆਉਂਦੇ ਨਾ, ਕੁਛ ਕੈਮਰਾ ਨੂੰ ਤੁਹਾਨੂੰ ਸੀਨ ਵਾਹਵਾਂਗੇ, ਕਿਉਂਕਿ ਕੈਮਰਾ ਤੁਸੀਂ ਵੇਖਿਆ ਹੀ ਹੋਣਾ। ਕੈਮਰਾ ਮੈਂ ਵੀ ਯਾਰ ਐਵੇਂ ਦੇਖਿਆ ਸੀ ਅਤੇ ਮੇਰਾ ਦਿਲ ਕਰ ਪਿਆ, ਕਿਉਂਕਿ ਇਹਦੀ ਜ਼ੂਮਿੰਗ ਬਹੁਤ ਜ਼ਿਆਦਾ, ਕਿੰਨੀ ਕਿੰਨੀ ਦੂਰ ਤੋਂ ਕਿਲੋਮੀਟਰਾਂ ਤੋਂ ਸ਼ਹਿਰ ਨੂੰ ਬਿਲਕੁਲ ਨਜ਼ਦੀਕ ਲਿਆਉਂਦਾ। ਅਤੇ ਮੈਂ ਵੀ ਸਿਰਫ ਇਹ ਮਕਸਦ ਸੋਚ ਕੇ ਅਤੇ ਕੈਮਰਾ ਜਿਹੜਾ ਨਾ ਲਿਆਂਦਾ ਸੀ, ਅਤੇ ਮੈਂ ਕਿਹਾ ਚਲੋ ਦੋਸਤਾਂ ਨਾਲ ਜਿਹੜਾ ਨਾ ਸ਼ੇਅਰ ਕਰੀਏ। ਤਾਂ ਕੈਮਰਾ ਲੈ ਕੇ ਆਇਆ, ਕੋਈ ਕੈਮਰੇ ਨਾਲ ਵੀ ਸੀਨ ਲਵਾਂਗੇ। ਅਤੇ ਆ ਫਿਰ ਦੋਸਤੋ ਜਿਹੜਾ ਨਾ ਤੁਹਾਨੂੰ ਮੈਂ ਜਿਹੜਾ ਨਾ ਬਹਾਨਾ ਕੋਈ ਸੀਨ। ਪਹਿਲੀ ਗੱਲ ਤਾਂ ਦੋਸਤੋ ਇਹ ਦੋਸਤਾਂ ਨਾਲ ਆਇਆ ਦਾ ਮੇਰੇ, ਇਹ ਵੇਖ ਸਕਦੇ ਤੁਸੀਂ ਚੀਮਾ ਜਮਸ਼ੇਦ ਨਾਂ ਇਹਦਾ। ਅਤੇ ਦੋਸਤੋ ਇਹ ਵੀ ਡੰਕੀ ਲਾ ਕੇ ਆਇਆ ਸੀ ਕੁਛ ਸਾਲ ਪਹਿਲਾਂ, ਅਤੇ ਅਲਹਮਦੁਲਿਲਾ ਪੇਪਰ ਸ਼ੇਪਰ ਮਿਲ ਗਏ ਨੇ। ਇੰਟਰਵਿਊ ਵਾਸਤੇ ਨੂੰ ਮੈਂ ਕਿਹਾ ਸੀ ਅਤੇ ਕਹਿੰਦਾ ਨਹੀਂ ਇੰਟਰਵਿਊ ਨਹੀਂ ਮੈਂ ਦੇਣਾ, ਕਿਉਂਕਿ ਜ਼ਿਆਦਾ ਬੰਦੇ ਇੰਟਰਵਿਊ ਨਹੀਂ ਦਿੰਦੇ ਪਏ ਅਤੇ ਇਹ ਵਾਸਤੇ। ਅਤੇ ਚਲੋ ਅੱਲਾ ਦਾ ਸ਼ੁਕਰ ਹੈ ਪੇਪਰ ਸ਼ੇਪਰ ਮਿਲ ਗਏ ਨੇ। ਅਤੇ ਹੁਣ ਚੀਮਾ ਸਾਹਿਬ ਨੇ ਆਪਣੀ ਫੈਮਿਲੀ ਬੱਚੇ ਵੀ ਇੱਥੇ ਬੁਲਾਏ ਨੇ। ਚੀਮਾ ਕਿੰਨੀ ਡੇਰ ਹੋਇਆ ਬੱਚੇ ਆਏ ਦਿਆਂ? ਦੋ ਮਹੀਨੇ ਹੋ ਗਏ। ਦੋ ਮਹੀਨੇ ਹੋਏ ਨੇ। ਚੀਮਾ ਪਾਕਿਸਤਾਨ ਕਿਹੜੀ ਜਗ੍ਹਾ ਆਪਣਾ? ਡਸਕੇ ਦੇ ਨਾਲ ਪਿੰਡ ਬੜੇ ਚੀਮਾ। ਹਾਂਜੀ, ਡਸਕੇ ਦੇ ਕੋਲ ਜੀ ਚੀਮਾ ਸਾਹਿਬ ਦਾ ਪਿੰਡ ਹੈ। ਅਤੇ ਚੀਮੇ ਦੇ ਬੱਚੇ ਆ ਜਾਣੇ ਇੱਥੇ, ਤਾਂ ਮੈਂ ਚਲਾ ਫਿਰ ਚੱਲੀਏ ਬਾਹਰ, ਨਾਲੇ ਤੈਨੂੰ ਕੋਈ ਮਾਲਟੇ ਸ਼ਾਲਟੇ ਖਿਲਾ ਲਏ, ਨਾਲੇ ਬਾਹਰ ਫਿਰ ਤੁਰ ਕੇ ਨਾਲੇ ਕੋਈ ਵੀਡੀਓ ਬਣਾਈਏ। ਇਸ ਵਾਸਤੇ ਅਸੀਂ ਆਏ ਹਾਂ ਬਾਹਰ। ਅਤੇ ਬਹੁਤੇ ਦੋਸਤੋ ਇਸ ਵਾਸਤੇ ਆਏ ਹਾਂ ਯਾਰ, ਇਹ ਵੇਖ ਸਕਦੇ ਤੁਸੀਂ ਕੁੱਤਾ ਇਹ ਯਾਰ, ਕੁਛ ਦਿਨ ਪਹਿਲਾਂ ਨਾ ਕੁੱਤਾ ਇੱਥੇ ਵਾਰਾ ਹੀ ਫਿਰਦਾ ਪਿਆ ਸੀ, ਅਤੇ ਉਹਨੂੰ ਭੁੱਖ ਲੱਗੀ ਦੀ ਸੀ। ਮੈਂ ਘਰ ਗਿਆ, ਇਹਨੂੰ ਰੋਟੀ ਲਿਆ ਕੇ ਪਾਈ ਹੈ। ਅਤੇ ਉਹ ਦਿਨ ਤਕਰੀਬਨ 5-7 ਦਿਨ ਹੋ ਗਏ ਨੇ, ਅਤੇ ਇੱਥੇ ਭੈਲੀ 'ਚ ਹੀ ਰਹਿੰਦਾ, ਬਹੁਤ ਵਫ਼ਾਦਾਰ ਹੈ। ਅੱਖ ਇੱਕ ਇਹਦੀ ਖਰਾਬ ਹੋ ਗਈ ਦੀ ਆ, ਵੇਖ ਇੱਕ ਅੱਖ ਥੋੜ੍ਹੀ ਖਰਾਬ ਹੈ, ਕੋਈ ਸ਼ੈਲ ਲੱਗ ਗਈ ਦੀ ਅੱਖ ਵਿੱਚ, ਅਤੇ ਬਾਕੀ ਸਹੀ ਹੈ। ਅਤੇ ਮੈਂ ਜਿਹੜਾ ਇਹਨਾਂ ਨੂੰ ਰੋਟੀ ਰੋਟੀ ਪਾ ਜਾਂਦਾ ਇੱਥੇ ਆ ਕੇ, ਅਤੇ ਬਾਰਿਸ਼ ਹੁੰਦੀ ਰਹੀ ਆ ਕੱਲ੍ਹ ਵੀ। ਇਹ ਵੇਖ ਸਕਦਾ ਤੁਸੀਂ ਪਾਣੀ, ਤੁਹਾਨੂੰ ਨਜ਼ਰ ਆਉਂਦਾ ਹੀ ਹੋਣਾ ਥੱਲੇ ਕੀ ਹਿਸਾਬ ਕਿਤਾਬ ਹੈ, ਇਹ ਪਾਣੀ ਸਾਰੇ ਖੜਾ ਹੈ, ਇਹ ਬਾਗ ਬੂਗ ਨੇ। ਅਤੇ ਰੋਟੀ ਪਾਉਣ ਆਇਆ ਇਹਨੂੰ ਕੁੱਤੇ ਨੂੰ,
ਤੇ ਮੈਂ ਕਿਹਾ ਚਲੋ ਨਾਲ ਵੀਡੀਓ ਵੀ ਥੋੜੀ ਬਹੁਤੀ ਬਣਾ ਲਈਏ ਨਾਲ ਚੀਮਾ ਆਇਆ ਸੀ ਮੈਂ ਕਿਹਾ ਚਲੋ ਚੀਮਾ ਆਇਆ ਫਿਰ ਮਾਲਟੇ ਮਾਲਟੇ ਵੀ ਦੋਸਤੋ ਜਿਹੜੇ ਇਹਨਾਂ ਨੇ ਕੁਛ ਮਾਲਟੇ ਖੋਲੇ ਨੇ ਤੇ ਕੁਛ ਹੁਣ ਆ ਬਾਗ ਤਿਆਰ ਹੈ ਵੀ ਕੋਈ 8-10 ਦਿਨਾਂ ਤੱਕ ਆ ਮਾਲਟੇ ਤੋੜਨੇ ਨੇ ਇਹ ਵੇਖ ਸਕਦੇ ਤੁਸੀਂ ਸਮਝ ਲਓ ਕੁਛ ਹਜੇ ਹਰੇ ਨੇ ਕੁਛ ਕੁਛ ਵਿੱਚੋਂ ਲਾਲ ਹੋ ਗਏ ਨੇ ਹੁਣ ਆ ਬਾਰਿਸ਼ਾਂ ਬੂਰਸ਼ਾਂ ਪੈਣ ਡਿਆ ਵੀ ਇਹਨੂੰ ਹੁਣ ਤਕਰੀਬਨ ਹੋ ਜਾਣਗੇ ਸਾਰੇ ਹੀ ਠੀਕ ਤੇ ਬੱਦਲ ਫਿਰ ਉੱਤੋਂ ਬੜਾ ਹੋਇਆ ਇਹ ਪਹਾੜਾਂ ਦੇ ਉੱਤੇ ਬਰਫ਼ ਵੀ ਪੈ ਗਈ ਆ ਬਰਫ਼ ਤੁਹਾਨੂੰ ਵਹਾਣੀ ਸੀ ਹੁਣ ਬਰਫ਼ ਉੱਤੇ ਬੱਦਲ ਜਿਹਾ ਹੋ ਰਿਹਾ ਇਹਦਾ ਨਹੀਂ ਤਾਂ ਕੈਮਰੇ ਨਾਲ ਜਿਹੜਾ ਨਾ ਪੂਰਾ ਬਰਫ਼ ਦਾ ਸੀਨ ਲੈਣਾ ਸੀ ਤੇ ਉੱਤੇ ਬੱਦਲ ਜਿਹਾ ਹੋ ਰਿਹਾ ਹੁਣ ਬੱਦਲ ਦੀ ਵਜ੍ਹਾ ਨਾਲ ਜਿਹੜਾ ਇਹਨਾਂ ਨੂੰ ਪਹਾੜ ਵੀ ਥੋੜ੍ਹੇ ਇੰਜੀ ਨੇ ਸੋ ਇੱਥੇ ਹੁਣ ਬਾਹਰ ਆ ਗਿਆ ਅਤੇ ਬਾਹਰ ਆਇਆ ਹੁਣ ਸਮੁੰਦਰ 'ਤੇ ਹੈ ਤਾਂ ਇੱਥੇ ਕੋਈ ਵੀ ਕਿਉਂਕਿ ਸਰਦੀ 'ਚ ਸਮੁੰਦਰ 'ਤੇ ਕੋਈ ਨਹੀਂ ਆਉਂਦਾ ਅਤੇ ਮੈਂ ਬਾਹਰ ਨਿਕਲਿਆ ਚਲੋ ਅੱਜ ਦਿਨ ਵੀ ਇੱਕ ਚੱਕਰ ਲਾ ਗਿਆ ਜੀ ਅਤੇ ਇਹ ਭੋਲ ਹੈ ਛੋਟਾ ਜਿਹਾ ਥੱਲੇ ਨਹਿਰ ਹੈ ਨਾਲਾ ਜਿਹੜਾ ਸਮੁੰਦਰ 'ਚ ਪਾਣੀ ਆਉਂਦਾ ਇਹਦੇ ਉੱਤੇ ਖੜ੍ਹੇ ਹਾਂ ਇੱਥੋਂ ਤੁਹਾਨੂੰ ਵਹਾਨੇ ਹਾਂ ਕੈਮਰੇ ਨਾਲ ਕੁਛ ਸੀਨ ਅਤੇ ਆਹ ਫਿਰ ਵੇਖਦੇ ਹਾਂ ਕੈਮਰੇ ਨਾਲ ਤੁਹਾਨੂੰ ਵਿਖਾਈਏ ਪਾਣੀ ਟਾਈਮ ਹੁਣ ਇਹ ਪੁਲ ਹੈ ਇਹ ਨਾਲਾ ਇਹ ਪਿੱਛੇ ਸਾਰਾ ਸਮੁੰਦਰ ਹੈ ਇਹ ਚੁੰਡੀ ਲੱਗੀ ਦੀ ਅੱਗੋਂ ਨਾਲਾ ਸਾਫ ਕਰਨ ਵਾਸਤੇ ਪਹਾੜ ਨੇ ਨਾਲ ਬਿਲਕੁਲ ਸਮੁੰਦਰ ਹੈ ਇਹ ਉੱਤੇ ਜਿਹੜਾ ਨੇ ਛੋਟਾ ਜਿਹਾ ਇੱਕ ਪਿੰਡ ਆ ਨਾਲ ਲੈਂਦੇ ਹਾਂ ਸੀਨ ਜ਼ਰਾ ਸਟੈਂਡ ਲਾਇਆ ਨਾ ਫਿਰ ਸਹੀ ਆਉਂਦਾ ਹੱਥ 'ਚ ਕੈਮਰਾ ਕੰਬਦਾ ਥੋੜ੍ਹਾ ਜ਼ੂਮਿੰਗ ਜ਼ਿਆਦਾ ਜਿਹੜੀ ਸਹੀ ਨਹੀਂ ਆਉਂਦੀ ਵੇਖ ਸਕਦੇ ਤੁਸੀਂ ਕਿੰਨੀ ਦੂਰ ਕਿੱਥੇ ਪਿੰਡ ਹੈ ਦੋਸਤੋ ਇੱਕ ਸ਼ਿਪ ਜਾ ਰਿਹਾ ਕਾਫੀ ਦੂਰ ਹੈ ਦੇਖ ਰਿਹਾ ਜੇ ਜ਼ੂਮਿੰਗ ਹੁੰਦੀ ਆ ਇਹਦੀ ਤੇ ਸ਼ਿਪ ਜਾ ਰਿਹਾ ਸਮੁੰਦਰ ਦੇ ਨਾ ਕਾਫੀ ਦੂਰ ਹੈ ਵੇਖ ਸਕਦੇ ਤੁਸੀਂ ਕਾਫੀ ਦੂਰ ਆ ਜਾਂ ਬਹੁਤ ਜ਼ਿਆਦਾ ਦੂਰ ਹੈ ਬਾਕੀ ਫਿਰ ਵੀ ਕੈਮਰੇ ਦੀ ਬੜੀ ਜ਼ੂਮਿੰਗ ਹੈ ਵੇਖ ਸਕਦੇ ਹੋ ਕਿੰਨੀ ਦੂਰ ਹੈ ਬਹੁਤ ਜ਼ਿਆਦਾ ਦੂਰ ਹੈ ਵੇਖ ਲਓ ਸਹੀ ਹੈ ਦੋਸਤੋ ਅੱਜ ਦੀ ਵੀਡੀਓ ਸਾਡੀ ਇੱਥੋਂ ਤੱਕ ਥੈਂਕ ਯੂ ਉਨਕਾ ਜੋ ਮੇਰੀ ਵੀਡੀਓਸ ਤੇ ਲਾਈਕ ਕਮੈਂਟ ਔਰ ਸ਼ੇਅਰ ਕਰਤੇ ਹੈ ਚਲੋ ਕੁਛ ਦੋਸਤੋ ਹੈ ਜੋ ਮੇਰੀ ਕੇਅਰ ਕਰਤੇ ਹੈ ਥੈਂਕ ਯੂ ਸੋ ਮਚ